ਵਿਆਸ ਆਈ 37 ਇਅਰਸ ਹੋ ਗਏ ਮਿਲ ਕੋ ਐਸੇ ਚਲਾਤੇ 13 ਸਾਲ ਕੀ ਏਸੀ ਮੈਨੇ ਸ਼ੁਰੂ ਕਰ ਦਿੱਤਾ ਚਲਾਣਾ ਤੂੰ ਤੁਸੀਂ ਮਤਲਬ ਸ਼ੁਰੂਆਤ ਕੀਤੀ ਸੀ ਰਿਵਰਸ ਸਾਈਕਲ ਚਲਾਉਣ ਦੀ ਦਾ ਉਦੋਂ ਤੁਹਾਨੂੰ ਮੁਸ਼ਕਿਲਾਂ ਦੇਖਣ ਨੂੰ ਮਿਲੀਆਂ ਕਿਉਂਕਿ ਔਖਾ ਹੁੰਦਾ ਹੈ ਚਲਾਉਣਾ ਇਹ ਚਲਾਉਣਾ ਬਹੁਤ ਜ਼ਿਆਦਾ ਔਖਾ ਹੈ ਇਸ ਨੂੰ ਸਾਈਕਲ ਚਲਾਉਣ ਦੇ ਨਾਲੋਂ ਵੀ ਔਖਾ ਵਾ ਜਿਸੀ ਜ਼ਿਕਰ ਕੀਤਾ ਤਰਮਿੰਦਰ ਜੀ ਦਾ ਉਹਨਾਂ ਨੂੰ ਉਹਨਾਂ ਦੇ ਨਾਲ ਕਦੇ ਰਾਬਤਾ ਹੋਇਆ ਵੀ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੋਵੇ ਤੇ ਉਹਨਾਂ ਨੂੰ ਤੁਸੀਂ ਸਪੈਸ਼ਲ ਦੱਸਿਆ ਹੋਵੇ ਵੀ ਮੈਂ ਤੁਹਾਨੂੰ ਦੇਖ ਕੇ ਸਾਈਕਲ ਚਲਾਣਾ 호텔 ਮੈਨੂੰ ਦੱਸਿਆ ਕਿ ਮੈਂ ਸਾਰਾ ਸਾਈਕਲਿੰਗ ਕਰ ਜਾਵਾਂ ਤੇ ਉਹ ਫਿਰ ਉਹ ਜਿਹੜੀ ਮੇਰੀ ਲਿੰਕਾ ਬੁੱਕ ਆਫ ਰਿਕਾਰਡ ਦੀ ਜੋ ਕਟਿੰਗ ਰੱਖੀ ਹੋਈ ਸੀ ਮੈਂ ਆਪਣੀ ਉਹ ਮੇਰੇ ਆਪਣੇ ਨਾਲ ਹੀ ਲੈ ਗਏ ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤਾਂ ਡੋਕਟਰ ਉੱਤੇ ਬੰਬੇ ਆਵਾਂਗਾ ਇਸ ਤਰ੍ਹਾਂ ਦੇ ਬਾਸਾਈਕਲ ਤੇ ਬੜਾ ਮਨ ਉਦਾਸ ਹੋਇਆ ਹੁਣ ਵੀ ਹਾਲੇ ਵੀ ਮਨ ਉਦਾਸ ਆ ਮੇਰਾ ਉਹ ਕਹ ਰਿਹਾ ਸੀ ਤੁਹਾਡਾ ਪੈਰ ਸ਼ਾ ਅੱਧਾ ਕੱਟਣਾ ਪਏਗਾ ਹਾਂ ਲੇਕਿਨ ਮੈਂ ਇਹ ਸੋਚ ਰਿਹਾ ਵੀ ਮੇਰਾ ਫਿਰ ਮੈਂ ਕਿਸ ਤਰ੍ਹਾਂ ਦੀ ਲਾਈਫ ਬਿਤਾਜੇਗੀ ਉਸ ਤੋਂ ਬਾਅਦ ਜ਼ੀਰੋ ਲਾਈਫ ਹੋ ਜਾਣਗੀ ਮੇਰੀ ਸੀ ਕਿ ਹਾਸੀ ਵੀ ਮੇਰਾ ਦੋ ਬੁਕਸ ਦੇ ਵਿੱਚ ਨਾਮ ਛਪਿਆ ਹੋਇਆ ਹੈ ਨਾ ਤਾਂ ਜਦੋਂ ਤੁਹਾਡਾ ਨਾਮ ਛਪਿਆ ਹੈ ਨਾ ਤਾਂ ਵੱਖਰੀ ਖੁਸ਼ੀ ਹੁੰਦੀ ਹੈ ਵੀ ਹਾਂ ਮਤਲਬ ਰਿਕਾਰਡ ਮੈਂ ਬਣਾਇਆ ਇਸ ਤਰ੍ਹਾਂ ਦੀ ਉਹਦੇ ਤੇ ਕੀ ਕਰਨਾ ਹੈ ਅਗਰ ਮੈਂ ਦੁਬਾਰਾ ਫਿੱਟ ਹੁੰਨਾ ਵਾਂ ਔਰ ਸਾਈਕਲ ਚਲਾਉਣ ਲੱਗ ਰਿਹਾ ਤਾਂ ਮੈਂ ਦੁਬਾਰਾ ਫਿਰ ਚਲਾਵਾਂਗਾ ਹਾਲੇ ਕਿ ਦੋ ਉਂਗਲਾਂ ਮੇਰੀਆਂ ਰਿਮੂਵ ਹੋ ਚੁੱਕੀਆਂ ਹਿਆ ਨੇ ਇਹ ਪੈਰ ਦੀਆਂ ਤੁਸੀਂ ਜਿਹੜੇ ਉਹਦਾ ਅਨਮਿਊਟ ਦੇ ਨਾਲ ਮਰਪਿੰਦਰ ਕਾਲ ਅੱਜਕੱਲ ਕਰਦੇ ਆ ਟੈਲੈਂਟ ਦੀ ਕਹਿੰਦੇ ਨੇ ਹਰ ਇਨਸਾਨ ਦੇ ਕੋਲ ਟੈਲੈਂਟ ਹੁੰਦਾ ਹੈ ਕਿਸੇ ਕੋਲ ਕੁਦਰਤੀ ਤੌਰ ਤੇ ਟੈਲੈਂਟ ਹੁੰਦਾ ਹੈ ਤੇ ਕੋਈ ਇਸ ਨੂੰ ਸਿੱਖ ਕੇ ਆਉਂਦਾ ਹੈ ਭਾਵੇਂ ਉਹ ਲਿਖਣਾ ਹੋਵੇ ਜਾਂ ਗਾਉਣਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਟ੍ਰੇਨਿੰਗ ਵਗੈਰਾ ਟੈਲੈਂਟ ਹਰ ਬੰਦੇ ਦੇ ਵਿੱਚ ਹੁੰਦਾ ਹੈ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਹਾਂ ਕਿ ਲੋਕ ਰਿਵਰਸ ਸਾਈਕਲ ਚਲਾਉਂਦੇ ਨੇ ਪਰ ਕਦੇ ਤੁਸੀਂ ਇਹ ਸੋਚਿਆ ਹੈ ਵੀ ਇਹ ਕਿਸ ਤਰ੍ਹਾਂ ਚੱਲਦਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੁਖਦੇਵ ਸਿੰਘ ਦੇ ਨਾਲ ਜੋ ਆਪਣੀ ਜਵਾਨੀ ਵੇਲੇ ਤੋਂ ਹੁਣ ਤੱਕ ਰਿਵਰਸ ਸਾਈਕਲ ਚਲਾਉਂਦੇ ਆਏ ਪਰ ਕੁਝ ਕਾਰਨਾ ਕਰਕੇ ਹੁਣ ਉਹ ਸਾਈਕਲ ਨਹੀਂ ਚਲਾ ਰਹੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਰਿਵਰਸ ਸਾਈਕਲ ਚਲਾਉਣ ਦੀ ਸ਼ੁਰੂਆਤ ਕਦੋਂ ਕੀਤੀ ਤੇ ਹਾਲੇ ਹੁਣ ਕੀ ਕਾਰਨ ਬਏ ਕਿ ਉਹ ਰਿਵਰਸ ਸਾਈਕਲ ਨਹੀਂ ਚਲਾ ਸਕਦੇ ਸਸ਼ੀਕਾਲ ਜੀ ਕਿਵੇਂ ਹੋ ਠੀਕ ਹੈ ਸਰ ਤੁਸੀਂ ਕੀ ਕਾਰਨ ਰਹਿ ਵੀ ਜਿਹੜਾ ਤੁਸੀਂ ਰਿਵਰਸ ਸਾਈਕਲ ਚਲਾਉਂਦੇ ਸੀ ਤਾਂ ਅੱਜ ਤੁਸੀਂ ਉਸ ਹਾਲ ਦੇ ਵਿੱਚ ਨਹੀਂ ਉਹ ਵੀ ਤੁਸੀਂ ਉਹ ਸਾਈਕਲ ਚਲਾ ਨਹੀਂ ਐਕਚੁਅਲੀ ਮੇਰੇ ਰਾਈਟ ਲੈਗ ਦੇ ਵਿੱਚ ਕਲੌਟ ਬਣ ਗਿਆ ਇੱਕ ਸਾਈਕਲਿੰਗ ਦੀ ਮੈਨੂੰ ਨਹੀਂ ਪਤਾ ਵੀ ਇਹ ਸਾਈਕਲਿੰਗ ਦੀ ਵਜ੍ਹਾ ਕਰਕੇ ਬਣਿਆ ਜਾਂ ਕਿਸ ਤਰ੍ਹਾਂ ਬਣਿਆ ਇਹ ਬਲੱਡ ਕਲਾਟ ਬਣ ਗਿਆ ਹੈ ਜਿਸ ਕਰਕੇ ਇਹ ਹੁਣ ਮੈਂ ਨਹੀਂ ਬੰਦ ਕੀਤੀ ਹੋਈ ਹੈ ਪ੍ਰੈਕਟਿਸ ਹੁਣ ਨਹੀਂ ਮਚਲਾ ਰਿਹਾ ਹੈ ਤੇ ਜਦੋਂ ਤੁਸੀਂ ਰਿਵਰਸ ਸਾਈਕਲ ਚਲਾਉਂਦੇ ਸੀ ਤਾਂ ਉਦੋਂ ਕਿਸ ਤਰ੍ਹਾਂ ਕੋਈ ਟੈਕਨੀਕ ਵਗੈਰਾ ਹੁੰਦੀ ਹੈ ਜਾਂ ਕੀ ਹੁੰਦਾ ਹੈ ਇਹ ਅਭਿਆਸ ਹੈ 37 ਇਅਰਸ ਹੋ ਗਏ ਮੇਰੇ ਕੋ ਐਸੇ ਚਲਾਤੇ 13 ਸਾਲ ਦੀ ਏਸੀ ਮੈਨੇ ਸ਼ੁਰੂ ਕਰ ਦਿੱਤਾ ਚਲਾਣਾ ਔਰ 58 52 ਆਬ ਮੇਰੀ ਏਜ ਹੈ 37 ਇਅਰਸ ਹੋ ਗਏ ਮੇਰੇ ਕੋ ਵਲਟਸੇ ਚਲਾਤੇ ਤੇ ਅ ਅੱਜਕੱਲ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਤੁਸੀਂ ਜਿੱਦਾਂ ਮਤਲਬ ਜਵਾਨੀ ਵੇਲੇ ਤੋਂ ਸਾਈਕਲ ਚਲਾ ਰਹੇ ਹੋ ਤੇ ਹੁਣ ਮਤਲਬ ਕਿ ਹੁਣ ਤੁਹਾਡੀ ਮਤਲਬ ਲੱਚ ਪ੍ਰੋਬਲਮ ਕਰਕੇ ਤੁਸੀਂ ਸਾਈਕਲ ਨਹੀਂ ਚਲਾ ਰਹੇ ਪਰ ਕਈ ਵਾਰ ਕੀ ਹੁੰਦਾ ਜਿੱਦਾਂ ਯੂਥ ਹੁੰਦਾ ਹੈ ਉਹਨਾਂ ਨੂੰ ਸਾਈਕਲ ਵੈਸੇ ਹੀ ਨਹੀਂ ਚਲਾਉਣਾ ਹੁੰਦਾ ਇਹ ਇਸ ਤਰ੍ਹਾਂ ਕਿ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਕੁਛ ਨਾ ਕੁਛ ਆਦਮੀ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਅੱਜਕੱਲ ਸਾਈਕਲਿੰਗ ਕਰੋ ਜਿਆਦਾ ਵਧੀਆ ਵਾਸ ਹੋਰ ਜੋਇਨ ਕਰ ਲਓ ਸਾਈਕਲਿੰਗ ਕਰ ਲਓ ਕੋਈ ਗੇਮ ਕਰ ਲਓ ਆਪਣੇ ਆਪ ਨੂੰ ਫਿੱਟ ਰੱਖਣਾ ਜ਼ਰੂਰੀ ਹੈ ਤੇ ਜਦੋਂ ਤੁਸੀਂ ਮਤਲਬ ਸ਼ੁਰੂਆਤ ਕੀਤੀ ਸੀ ਰਿਵਰਸ ਸਾਈਕਲ ਚਲਾਉਣ ਦੀ ਤਾਂ ਉਦੋਂ ਤੁਹਾਨੂੰ ਮੁਸ਼ਕਲਾਂ ਦੇਖਣ ਨੂੰ ਮਿਲਿਆ ਕਿਉਂਕਿ ਔਖਾ ਹੁੰਦਾ ਹੈ ਚਲਾਉਣਾ ਇਹ ਚਲਾਉਣਾ ਬਹੁਤ ਜ਼ਿਆਦਾ ਔਖਾ ਹੈ ਸਿੱਧਾ ਸਾਈਕਲ ਚਲਾਉਣ ਦੇ ਨਾਲੋਂ ਵੀ ਔਖਾ ਵਾ ਲੇਕਿਨ ਕੁਝ ਇਸ ਤਰ੍ਹਾਂ ਦਾ ਜਨੂਨ ਸੀਗਾ ਮੇਰੇ ਅੰਦਰ ਕਿ ਮੈਂ ਇਹ 13 ਸਾਲ ਦੀ ਉਮਰ 'ਚ ਛੋਟਾ ਹੀ ਸੀ ਬਹੁਤ ਛੋਟਾ ਸੀ ਉਸ ਟਾਈਮ ਮੈਂ ਸਕੂਲ ਟਾਈਮ ਸੀਗਾ ਹੌਲੀ 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 ਪ੍ਰੈਕਟਿਸ ਕਰਦਾ 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 ਫਿਰ ਮੈਂ ਹੁਣ ਮੇਨ ਰੋਡ ਦੇ ਉੱਪਰ ਵਿੱਚ ਲਾ ਲੈਣਾ ਰਾਸ਼ ਦੇ ਵਿੱਚ ਤੇ ਤੁਸੀਂ ਕਿਸੇ ਤੋਂ ਇਨਸਪੀਰੇਸ਼ਨ ਵਗੈਰਾ ਲਈ ਸੀ ਰਿਵਰਸ ਸਾਈਕਲ ਚਲਾਉਂਦੀ ਕਿ ਮਤਲਬ ਐਸੇ ਸ਼ੌਕ ਇਨਸਪੀਰੇਸ਼ਨ ਸ਼ੋਲੇ ਫਿਲਮ ਦੇ ਵਿੱਚ ਤ੍ਰਿਮੰਦਰ ਜੀ ਇਸ ਤਰ੍ਹਾਂ ਚਲਾਉਂਦਾ ਵਾ ਕੋਈ ਗਾਣਾ ਇੱਕ ਕੋਈ ਸੀਨ ਜਦ ਬਰੂਟ ਜਾਂਦੀ ਹੈ ਤਾਂ ਔਰ ਵੀ ਅਸੀਨ ਹੋ ਜਾਂਦੀ ਹੈ ਔਰ ਵੀ ਜੀ ਕੰਸਟੈਂਟ ਸੀਨਾਂ ਸਾਈਕਲ ਦੇ ਸਾਈਕਲ ਦੇ ਉੱਪਰ ਨਾ ਉਹ ਉਸ ਇਹ ਮੈਂ ਫਿਲਮ ਦੇਖਦੇ ਸਾਰੇ ਉਸੇ ਦਿਨ ਜਿਸ ਦਿਨ ਮੈਂ ਫਿਲਮ ਦੇਖ ਕੇ ਆਇਆ ਔਰ ਦੁਪਹਿਰ ਨੂੰ 2 ਵਜੇ ਦੇ ਲਗਭਗ ਮੈਂ ਡੈਡੀ ਦੀ ਸਾਈਕਲ ਚੱਕੀ ਔਰ ਚੱਕਰ ਵੀਰੂ ਮੈਂ ਚਲਾਉਣ ਲੱਗਿਆ ਵੀ ਮੈਂ ਕਿਸ ਤਰ੍ਹਾਂ ਕਿਸ ਤਰ੍ਹਾਂ ਚਲਾਇਆ ਜਾਵੇ ਇਹਨੂੰ ਹਾਂਜੀ ਹਾਂਜੀ ਬੜੀ ਵਾਰੀ ਗਿਰਿਆ ਗਿਰਦਾ ਰਿਹਾ ਗਿਰਦਾ ਰਿਹਾ ਗਿਰਦਾ ਰਿਹਾ ਲੇਕਿਨ ਸ਼ਾਮ ਨੂੰ 6 ਵਜੇ ਤੱਕ ਮੇਰਾ ਇੱਕ ਇੱਕ ਦੋ ਬੈਟਲ ਮੇਰੇ ਵਜਨੇ ਸ਼ੁਰੂ ਹੋ ਗਈ ਉਲਟੇ ਬਸ ਫਿਰ ਉਸ ਤੋਂ ਬਾਅਦ ਮੈਂ ਪਿੱਛੇ ਨਹੀਂ ਹਟਿਆ ਫਿਰ ਹਰ ਰੋਜ਼ ਮੈਂ ਪ੍ਰੈਕਟਿਸ ਕਰਦਾ ਰਿਹਾ ਥੋੜੀ ਥੋੜੀ ਥੋੜਾ ਥੋੜਾ ਸਿੱਖਦਾ ਰਿਹਾ ਇਹਨੂੰ ਕਿ ਕਿਸ ਤਰ੍ਹਾਂ ਚਲਾਉਣਾ ਇਹਨੂੰ ਫਿਰ ਸੈਕਟਰ 23 ਦੇ ਵਿੱਚ ਅਸੀਂ ਰਹਿੰਦੇ ਸੀ ਚੰਡੀਗੜ੍ਹ ਸੈਕਟਰ 23ਏ 23ਏ ਦੇ ਵਿੱਚੋਂ ਫਿਰ ਅਸੀਂ ਮੈਂ ਉੱਥੋਂ ਦੀ ਫਿਰ ਹੌਲੀ ਹੌਲੀ ਮਲਿਆਨੇ ਵਿੱਚ ਲੌਂਡਾ ਰਿਹਾ 23 ਸੈਕਟਰ 22 ਸੈਕਟਰ 24 ਸੈਕਟਰ ਫਿਰ ਮੱਲਿਆਂ ਤੋਂ ਹੌਲੀ ਹੌਲੀ ਫਿਰ ਮੇਨ ਰੋਡ ਤੇ ਆਇਆ ਲਿੰਕ ਰੋਡਾਂ ਤੇ ਆਇਆ ਮੇਨ ਰੋਡ ਤੇ ਆਇਆ ਹੁਣ ਮੈਂ ਪੂਰੇ ਹਾਈਵੇ ਤੇ ਚਲਾਉਣਾ ਮੈਨੂੰ ਕੋਈ ਡਰ ਨਹੀਂ ਲੱਗਦਾ ਅਭਿਆਸ ਬਹੁਤ ਜ਼ਿਆਦਾ ਹੋ ਗਿਆ ਹੈ 10 ਲੱਖ ਕਿਲੋਮੀਟਰ ਦੀ ਪ੍ਰੈਕਟਿਸ ਹੋ ਗਈ ਹੈ ਮੇਰੀ ਹੁਣ ਤੱਕ ਦੀ ਜੀ ਜ਼ਿਕਰ ਕੀਤਾ ਤਰਮਿੰਦਰ ਜੀ ਦਾ ਉਹਨਾਂ ਨੂੰ ਉਹਨਾਂ ਦੇ ਨਾਲ ਕਦੇ ਰਾਬਤਾ ਹੋਇਆ ਵੀ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੋਵੇ ਤੇ ਉਹਨਾਂ ਨੂੰ ਤੁਸੀਂ ਸਪੈਸ਼ਲ ਦੱਸਿਆ ਹੋਵੇ ਵੀ ਮੈਂ ਤੁਹਾਨੂੰ ਦੇਖ ਕੇ ਸਾਈਕਲ ਚਲਾਣਾ ਹਾਂਜੀ ਇੱਥੇ ਚੰਡੀਗੜ੍ਹ ਦੇ ਵਿੱਚ ਦੋ ਵਾਰੀ ਆਏ ਸੀਗੇ ਸ੍ਰੀ ਤਰਬੰਦਰ ਜੀ ਹਾਂਜੀ ਇੱਕ ਆਪਣੇ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਟਾਈਮ ਆਏ ਸੀਗੇ ਇਹ ਤਰਬੰਦਰ ਜੀ ਇੱਕ ਇਹ ਰੈਕੋਰਡ ਸਟੂਡੀਓ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਉੱਥੇ ਉਹਨਾਂ ਨੇ ਕਲ ਡਬਲ 3 ਟ੍ਰੈਵਲ ਫਿਲਮ ਲਾਂਚ ਪਤ ਨਹੀਂ ਇਸ ਤਰ੍ਹਾਂ ਕੁਝ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੇ ਲਾਂਚ ਕਰਦੇ ਸੀ ਫਿਲਮ ਉਹਦੇ ਕਰਕੇ ਸੀ ਸ਼ਾਇਦ ਇਸ ਤਰ੍ਹਾਂ ਦੀ ਸੀ ਕੁਝ ਉੱਥੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਸਾਈਕਲਿੰਗ ਕਰ ਜਾਵਾਂ ਤੇ ਉਹ ਫਿਰ ਉਹ ਜਿਹੜੀ ਮੇਰੀ ਲਿੰਕਾ ਬੁੱਕ ਆਫ ਰਿਕਾਰਡ ਦੀ ਜੋ ਕਟਿੰਗ ਰੱਖੀ ਹੋਈ ਸੀ ਮੈਂ ਆਪਣੀ ਉਹ ਮੇਰੇ ਆਪਣੇ ਨਾਲ ਹੀ ਲੈ ਗਏ ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤਾਂ ਡੋਟਰ ਉੱਥੇ ਬੰਬਈ ਆਵਾਂਗਾ ਇਸ ਤਰ੍ਹਾਂ ਦੇ ਬਾਅਦ ਸਾਈਕਲ ਤੇ ਤੇ ਉਹ ਕਹਿੰਦੇ ਵੀ ਮੈਂ ਗਰਮੀਆਂ ਗਰਮੀਆਂ ਦੇ ਵਿੱਚ ਤਾਂ ਲੰਡਨ ਦੇ ਵਿੱਚ ਹੁੰਨਾ ਮੈਂ ਸਰਦੀਆਂ ਦੇ ਵਿੱਚ ਮੈਂ ਵਾਪਸ ਹੋਣਾ ਮੁੰਬਈ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਇਸ ਤਰ੍ਹਾਂ ਇਨਸਪੀਰਸਪੀਰੇਸ਼ਨ ਥੋੜੀ ਮਿਲੀ ਮੈਨੂੰ ਇਹ ਉਹਨਾਂ ਦੀਆਂ ਮੈਂ ਸਾਰੀਆਂ ਫਿਲਮਾਂ ਦੇਖਿਆ ਤਕੀਆਂ ਨਿਰੰਦਰ ਜੀ ਅੱਛਾ ਤੇ ਜੇ ਗੱਲ ਕਰੀ ਜਦੋਂ ਤੁਸੀਂ ਮਤਲਬ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਨਾ ਰਿਵਰਸ ਸਾਈਕਲ ਦੀ ਤਾਂ ਫੈਮਿਲੀ ਨੇ ਕਿਹਾ ਵੀ ਜਿੱਦਾਂ ਮਤਲਬ ਪਾਪਾ ਕਹਿ ਦਿੰਦੇ ਹੁੰਦੇ ਆ ਵੀ ਇਹ ਤੁਸੀਂ ਨਹੀਂ ਕਰਨਾਗਾ ਸੌਖਾ ਕੰਮ ਨਹੀਂ ਆ ਉਦਾਂ ਦਾ ਕੁਝ ਕਿਹਾ ਮਤਲਬ ਫੈਮਿਲੀ ਵੱਲੋਂ ਮੀਡੀਅਮ ਫੈਮਿਲੀ ਨੂੰ ਤਾਂ ਬਿਲੋਂਗ ਕਰਦਾ ਮੈਂ ਕੋਈ ਐਨੇ ਅਨ ਡੈਡੀ ਮੇਰੇ ਗਵਰਨਮੈਂਟ ਸਰਵੈਂਟ ਸੀ ਉਹ ਸਾਈਟਰ ਤਰੀਕ ਦੇ ਵਿੱਚ ਹੀ ਸਾਨੂੰ ਸਰਕਾਰੀ ਇਮਾਰਤ ਮਿਲਿਆ ਹੋਇਆ ਸੀ ਆ ਤੇ ਉਹਨਾਂ ਨੇ ਉਹ ਉਹ ਸਗੋਂ ਮੈਨੂੰ ਜ਼ਿਆਦਾ ਪ੍ਰੇਰੀਅਟ ਕਰਦੇ ਹੁੰਦੇ ਸੀ ਡੈਡੀ ਮੇਰੇ ਹਾਂਜੀ ਉਹ ਕਹਿੰਦੇ ਵੀ ਤੂੰ ਸੁਖ ਜੇ ਪੱਪੂ ਮੇਰਾ ਨਾਮ ਛੋਟੇ ਦਾ ਪੱਪੂ ਆ ਕਹਿੰਦੇ ਪੱਪੂ ਵੀ ਤੂੰ ਇਸ ਸਾਈਕਲਿੰਗ ਨਹੀਂ ਬੰਦ ਕਰਨੀ ਹੈਗੀ ਤੇਰਾ ਨਾਮ ਇੱਕ ਦਿਨ ਗਿੰਨੇ ਜੀ ਵਿਕਟਰੀ ਜ਼ਰੂਰ ਆਏਗਾ ਹੁਣ ਮੇਰਾ ਨਾਮ ਲਿਮਕਾ ਬੁਕਾ ਰਿਕਾਰਡਸ 2013 ਹਾਂਜੀ ਇੰਡੀਆ ਬੁਕਾ ਰਿਕਾਰਡ 2012 ਇੰਡੀਆ ਦੇ ਚ ਦੋ ਹੀ ਬੁੱਕਾ ਛਪਦੀਆਂ ਨੇ ਦੋਨਾਂ ਬੁੱਕਾਂ ਦੇ ਵਿੱਚ ਵੀ ਇਹਨਾਂ ਦੇ ਨਾਮ ਆ ਚੁੱਕੇ ਆ। ਲੇਕਿਨ ਹੁਣ ਇਹ ਲੱਤ ਦੀ ਕਰਕੇ ਮੈਂ ਨਹੀਂ ਚਲਾ ਪਾਵਾਂਗਾ ਅੱਗੇ। ਪਤ ਨਹੀਂ ਚਲਾ ਪਾਵਾਂਗਾ ਜਾਂ ਨਹੀਂ ਚਲਾ ਪਾਵਾਂਗਾ। ਦੋ ਗੁਣਾਂ ਮੇਰੀਆਂ ਉਹਨਾਂ ਨੇ ਰਿਮੂਵ ਕਰਤੀਆਂ ਪੀਆਈ ਵਾਲਿਆਂ ਨੇ। ਅੱਛਾ। ਹਾਂਜੀ ਪਿਆਰ ਦੀਆਂ। ਇਹ ਜਦੋਂ ਤੁਸੀਂ ਕਹਿ ਰਹੇ ਹੋ ਨਾ ਵੀ ਮੇਰੇ ਪਾਪਾ ਨੇ ਕਿਹਾ ਸੀ ਵੀ ਸਾਈਕਲਿੰਗ ਕਦੇ ਛੱਡਣੀ ਨਹੀਂ ਪਰ ਹੁਣ ਕਾਰਨ ਇਹ ਬਣ ਚੁੱਕੀ ਹੈ ਨਾ ਵੀ ਤੁਹਾਨੂੰ ਸਾਈਕਲਿੰਗ ਛੱਡਣੀ ਪਈ ਜਦੋਂ ਮਤਲਬ ਡਾਕਟਰਸ ਨੇ ਇਹ ਚੀਜ਼ ਤੁਹਾਨੂੰ ਕਹੀ ਸੀ ਵੀ ਤੁਸੀਂ ਇਹ ਚੀਜ਼ ਮਤਲਬ ਤੁਹਾਨੂੰ ਸਾਨੂੰ ਥੋੜੀ ਮਤਲਬ ਦੋਂਗਲਾਂ ਕਟਣੀਆਂ ਪੈਣੀਆਂ ਹਨਾ ਤਾਂ ਉਦੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਵੀ ਮੇਰੇ ਤੋਂ ਸਾਈਕਲਿੰਗ ਛੁੱਟ ਜਾਣੀ ਆ ਬੜਾ ਮੇਰਾ ਮਨ ਬੜਾ ਮਨ ਉਦਾਸ ਹੋਇਆ ਹੁਣ ਵੀ ਹਾਲੇ ਵੀ ਮਨ ਉਦਾਸ ਆ ਮੇਰਾ ਉਹ ਕਹ ਰਿਹਾ ਸੀ ਤੁਹਾਡਾ ਪਿਆਰ ਸ਼ਹਿਰ ਅੱਧਾ ਕਟਣਾ ਪਏਗਾ ਹਾਂ ਲੇਕਿਨ ਮੈਂ ਇਹ ਸੋਚ ਰਹਾ ਵੀ ਮੇਰਾ ਫਿਰ ਮੈਂ ਕਿਸ ਤਰ੍ਹਾਂ ਦੀ ਲਾਈਫ ਰਹ ਜਾਈਗੀ ਉਸ ਤੋਂ ਬਾਅਦ ਜ਼ੀਰੋ ਲਾਈਫ ਹੋ ਜਾਣੀ ਹੈ ਮੇਰੀ ਔਰ ਮੈਨੂੰ ਇਹ ਹੈ ਕਿ ਮੇਰਾ ਇੱਕ ਪੈਰ ਨੀਚੇ ਲੱਗਣਾ ਸ਼ੁਰੂ ਹੋ ਜਾਵੇ ਬਸ ਮੈਂ ਸਿਰਫ ਚੱਲਣ ਲੱਗ ਚੱਲਣ ਯੋਗ ਹੋ ਜਾ ਮੈਨੂੰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਚੱਲਣ ਯੋਗ ਹੋ ਜਾ ਮੈਂ ਰਿਵਰਸ ਸਾਈਕਲ ਦੇ ਆਪਾਂ ਦੁਬਾਰਾ ਗੱਲ ਕਰੀਏ ਤਾਂ ਜਦੋਂ ਤੁਸੀਂ ਚਲਾ ਰਹੇ ਸੀਗੇ ਇਹਨੂੰ ਤੇ ਮਤਲਬ ਕੋਈ ਟੈਕਨੀਕ ਵਗੈਰਾ ਹਨਾ ਜੋ ਤੁਸੀਂ ਕਿਹਾ ਵੀ ਪ੍ਰੈਕਟਿਸ ਤਾਂ ਹੈਗੀ ਹੈਗੀ ਹੈ ਹਨਾ ਤੇ ਕੋਈ ਇਸ ਤਰ੍ਹਾਂ ਦੀ ਟੈਕਨੀਕ ਹੁੰਦੀ ਆ ਵੀ ਮਤਲਬ ਜੇ ਕਿਸੇ ਮਤਲਬ ਅੱਜਕੱਲ ਦੇ ਜਿਹੜੇ ਲੋਕ ਆ ਉਹ ਚਲਾਉਣਾ ਚਾਹੁੰਦੇ ਹੁੰਦਾ ਉਹ ਉਹਨਾਂ ਨੂੰ ਸਿਰਫ ਮੈਂ ਹੀ ਮੈਂ ਹੀ ਗਾਈਡ ਕਰ ਸਕਦਾ ਤਾਂ ਹੀ ਉਹ ਚਲਾ ਸਕਦੇ ਨੇ ਅੱਛਾ ਇਹਦੇ ਤੇ ਕੋਈ ਕੋਈ ਬੁੱਕ ਨਹੀਂ ਛਪੀ ਹੋਈ ਇਹਦੀ ਇਹਦੀ ਕੋਈ ਬੁੱਕ ਨਹੀਂ ਹੈਗੀ ਸਿਰਫ ਮੈਂ ਹੀ ਦੱਸ ਸਕਦਾ ਉਹਨਾਂ ਨੂੰ ਵੀ ਕਿਹੜੇ ਕਿੱਥੋਂ ਦੀ ਕਿਸ ਤਰ੍ਹਾਂ ਮੋੜਨਾ ਵਾ ਔਰ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਚਲਾਉਣਾ ਵਾ ਰੋਡ ਦੇ ਉੱਪਰ ਤੇ ਤੁਸੀਂ ਜਿਹਦਾ ਕਹਿ ਰਹੇ ਹੋ ਵੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਮਤਲਬ ਕਿਸੇ ਨੂੰ ਟ੍ਰੇਨ ਵੀ ਕੀਤਾ ਹੈ ਇਸ ਤਰ੍ਹਾਂ ਵੀ ਜੇ ਤੁਹਾਡੇ ਤੋਂ ਕੋਈ ਸਿੱਖਣਾ ਆਇਆ ਹੋਵੇ ਵੀ ਅਸੀਂ ਰਿਵਰਸ ਸਾਈਕਲ ਸਿੱਖਣਾ ਨਹੀਂ ਕੋਈ ਨਹੀਂ ਆਇਆ ਮੇਰੇ ਕੋਲ ਕੋਈ ਬੱਚਾ ਵੀ ਨਹੀਂ ਆਇਆ ਅੱਛਾ ਤੇ ਕਿਉਂਕਿ ਹਜੇ ਮਤਲਬ ਤੁਹਾਡੇ ਲੋਕਾਂ ਨੂੰ ਘੱਟ ਪਤਾ ਹੈ ਹਨਾ ਕਹਿ ਸਕਦੇ ਆਪਾਂ ਤਾਂ ਕਰਕੇ ਨਹੀਂ ਆਇਆ ਹਨਾ ਲੋਕੀ ਤਾਂ ਸਾਰੇ ਮੈਨੂੰ ਬੱਚੇ ਵੀ ਜਾਣਦੇ ਚੰਡੀਗੜ੍ਹ ਦੇ ਔਰ ਇੱਥੇ ਇੱਥੇ ਲੋਕਲੀ ਚਲਾਉਂਦਾ ਰਿਹਾ ਮੈਂ ਸਾਰਾ 33 ਸਾਲથી ਲੋਕਲੀ ਚਲਾਇਆ ਹੋਇਆ ਸਾਈਕਲ ਤੇ ਜੇ ਹਨਾ ਤੁਸੀਂ ਕਿਹਾ ਸੀ ਵੀ ਮੇਰਾ ਦੋ ਬੋਕਸ ਦੇ ਵਿੱਚ ਨਾਮ ਛਪਿਆ ਹੋਇਆ ਹਨਾ ਤਾਂ ਜਦੋਂ ਤੁਹਾਡਾ ਨਾਮ ਛਪਿਆ ਹਨਾ ਤਾਂ ਵੱਖਰੀ ਖੁਸ਼ੀ ਹੁੰਦੀ ਹੈ ਵੀ ਹਾਂ ਮਤਲਬ ਰਿਕਾਰਡ ਮੈਂ ਬਣਾਇਆ ਇਸ ਤਰ੍ਹਾਂ ਦੇ ਉਹਦੇ ਤੇ ਕੀ ਕਹਾਂ ਮੈਂ ਇਕਲੀ ਮੈਨੂੰ ਇਹ ਨਹੀਂ ਜਿਆਦਾ ਖੁਸ਼ੀ ਹੈ ਨੀਗੀ ਮੈਨੂੰ ਕਿਉਂਕਿ ਵੀ ਮੇਰਾ ਟਾਰਗੇਟ ਹੈਗਾ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਉਹਦੇ ਵਿੱਚ ਨਾਮ ਮੇਰਾ ਹੋਣਾ ਚਾਹੀਦਾ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਮੇਰੇ ਜਿੰਨਾ ਰਿਕਾਰਡ ਜਿਹੜਾ ਵਾ ਉਹ ਕਿਸੇ ਹੋਰ ਦਾ ਹੋਏਗਾ ਇਹ ਤਾਂ ਆਪਾਂ ਕਹਿ ਲਈਏ ਕਿ ਸਪੋਰਟਸ ਡਿਪਾਰਟਮੈਂਟ ਜਾਂ ਟੈਂਡਰਗੜ ਐਡਮਿਨਿਸਟ੍ਰੇਸ਼ਨ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਮੈਨੂੰ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਬੁਲਾਉਣ ਔਰ ਪੁੱਛਣ ਫਿਰ ਉਸ ਤੋਂ ਤਾਂ ਹੀ ਹੋਏ ਇਸ ਤਰ੍ਹਾਂ ਹੋ ਸਕਦਾ ਵਾ ਅੱਗੇ ਹਾਂਜੀ ਕਿ ਵੀਰਾ ਨਾਮ ਤਾਂ ਹੀ ਗਿਣੀ ਬੁੱਕ ਚ ਆਏਗਾ ਅੱਗੇ ਗੱਲ ਕਰੀ ਹੈ ਨਾ ਮਤਲਬ ਵੀ ਤੁਹਾਡੇ ਬੱਚਿਆਂ ਦੀ ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਮੈਨੂੰ ਸਾਨੂੰ ਵੀ ਸਿਖਾਓ ਇਸ ਤਰ੍ਹਾਂ ਵੀ ਅਸੀਂ ਵੀ ਸਾਈਕਲ ਸਿੱਖਣਾ ਹੈ ਨਹੀਂ ਬੱਚਿਆਂ ਦੇ ਵਿੱਚ ਬੱਚੇ ਸਪੋਰਟਸ ਦੀ ਤਰਫ ਦੋਨੇ ਬੱਚੇ ਦੋਨੇ ਬੇਟੇ ਸਪੋਰਟਸ ਦੀ ਤਰਫ ਹੈ ਨਹੀਂਗੇ ਸੋ ਕੋਈ ਗੇਮ ਵੀ ਨਹੀਂ ਖੇਡਦੇ ਹੈਗੇ ਉਹ ਤੇ ਤੁਸੀਂ ਬਚਪਨ ਤੋਂ ਹੀ ਸਪੋਰਟਸ ਦੇ ਵਿੱਚ ਸੀਗੇ ਨਾ ਹਾਂ ਸਾਰੀਆਂ ਗੇਮਾਂ ਖੇਡ ਲੈਂਨਾ ਨਾ ਲਗਭਗ ਸਾਰੀਆਂ ਮਤਲਬ ਚੱਲ ਪੈਂਦੀਆਂ ਤੇ ਅੱਗੇ ਗੱਲ ਕਰੀਏ ਮਤਲਬ ਆਪਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਕਾਫੀ ਮੁਸ਼ਕਿਲਾਂ ਵੀ ਆਈਆਂ ਹੋਣੀਆਂ ਜਦੋਂ ਤੁਸੀਂ ਸਾਈਕਲਿੰਗ ਕਰਦੇ ਸੀ ਹਨਾ ਤਾਂ ਜਦੋਂ ਤੁਸੀਂ ਕਹਿ ਰਹੇ ਹੋ ਵੀ ਮੈਂ ਕਾਫੀ ਲੰਬੇ ਰੂਟਸ ਤੇ ਵੀ ਗਿਆ ਹਨਾ ਤੇ ਉਦੋਂ ਕਈ ਵਾਰੀ ਮਤਲਬ ਕੋਈ ਇਸ ਤਰ੍ਹਾਂ ਦਾ ਕਿੱਸਾ ਰਿਆ ਹੋਵੇ ਵੀ ਹਨਾ ਤੁਹਾਨੂੰ ਕਿਸੇ ਨੇ ਰੋਕ ਕੇ ਕਿਹਾ ਹੋਵੇ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇਸ ਤਰ੍ਹਾਂ ਦਾ ਕੁਝ ਅਕਸਰ ਉਹ ਤਾਂ ਤਕਰੀਬਨ ਹੁੰਦਾ ਰਹਿੰਦਾ ਹਰ ਰੋਜ਼ ਵੀ ਹੁੰਦਾ ਰਹਿੰਦਾ ਜਦੋਂ ਜਦੋਂ ਮੈਂ ਸਾਈਕਲਿੰਗ ਤੇ ਨਿਕਲ ਆਵਾਂ ਬੜੇ ਬੜੇ ਤਰ੍ਹਾਂ ਦੇ ਲੋਕੀ ਮਿਲਦੇ ਆ ਰਾਸਤੇ ਦੇ ਵਿੱਚ ਆਪਣੇ ਮੋਬਾਈਲ ਦੇ ਵਿੱਚ ਮੂਵੀ ਆ ਮੂਵੀ ਕਮੈਂਟ ਕਰ ਦਿੰਦੇ ਆ ਅੱਛੇ ਅੱਛੇ ਬੜੇ ਖੁਸ਼ ਖੁਸ਼ ਹੁੰਦੇ ਆ ਬੜੇ ਮੈਨੂੰ ਇਸ ਵਿੱਚ ਬਹੁਤ ਐਪਰੀਸ਼ੀਏਟ ਕਰਦੇ ਆ ਮੈਨੂੰ ਤੇ ਜੇ ਅੱਗੇ ਦੀ ਗੱਲ ਕਰੀਏ ਤਾਂ ਹੁਣ ਮਤਲਬ ਤੁਹਾਡਾ ਜਿਹੜਾ ਰੀਜ਼ਨ ਹੈ ਨਾ ਸਾਈਕਲ ਨਾ ਚਲਾਉਣ ਵਾਲਾ ਤੇ ਇਸ ਤੋਂ ਬਾਅਦ ਜੇ ਇਹ ਸਹੀ ਹੁੰਦਾ ਤਾਂ ਤੁਸੀਂ ਸਾਈਕਲ ਚਲਾਵੋਗੇ ਬਿਲਕੁਲ ਚਲਾਵਾਂਗਾ ਜੀ ਅਗਰ ਮੈਂ ਦੁਬਾਰਾ ਫਿੱਟ ਹੋਣਾ ਵਾਂ ਔਰ ਸਾਈਕਲ ਚਲਾਉਣ ਲੱਗ ਜਾਵਾਂ ਤਾਂ ਮੈਂ ਦੁਬਾਰਾ ਫਿਰ ਚਲਾਵਾਂਗਾ ਹਾਲੇ ਕਿ ਦੋ ਉਂਗਲਾਂ ਮੇਰੀਆਂ ਰਿਮੂਵ ਹੋ ਚੁੱਕੀਆਂ ਹੋਈਆਂ ਨੇ ਪੈਰ ਦੀਆਂ ਔਰ ਕਉਂਕਿ ਮੈਂ ਟਾਰਗੇਟ ਤੋਂ ਪਿੱਛੇ ਨਹੀਂ ਹਟਾਂਗਾ ਫਿਰ ਵੀ ਚਲਾਵਾਂਗਾ ਮੈਂ ਸਾਈਕਲ ਅਗਰ ਮੈਂ ਅਗਰ ਸਾਈਕਲ ਚੱਲੇਗਾ ਮੇਰੇ ਕੋਲ ਤੇ ਜਿਦਾ ਆਪਾਂ ਦੇਖਦੇ ਨਾ ਵੀ ਪੰਜਾਬ ਸਰਕਾਰ ਲਗਾਤਾਰੀ ਸਪੋਰਟਸ ਨੂੰ ਲੈ ਕੇ ਕਾਫੀ ਅੱਗੇ ਆ ਰਹੀ ਆ ਹਨਾ ਉਹਦੇ ਤੇ ਕੀ ਕਹੋਗੇ ਵੀ ਸਪੋਰਟਸ ਮਤਲਬ ਪਹਿਲੇ ਦੇ ਸਮੇਂ ਦੇ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਸਪੋਰਟਸ ਹਨਾ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਸਪੋਰਟਸ ਕਾਫੀ ਵਧੀਆ ਹੁੰਦੇ ਸੀ ਪਰ ਹੁਣ ਘਟ ਰਹੀ ਆ ਪਰ ਹੁਣ ਫਿਰ ਲਗਾਤਾਰ ਸਰਕਾਰ ਵੱਲੋਂ ਇਹ ਕੀਤਾ ਜਾ ਰਿਹਾ ਵੀ ਸਪੋਰਟਸ ਆ ਜਿਹੜੀਆਂ ਅੱਗੇ ਵਧੀਆ ਆਉਣੀਆਂ ਚਾਹੀਦੀਆਂ ਇਹ ਤਾਂ ਗਵਰਨਮੈਂਟ ਨੂੰ ਵੈਸੀ ਚਾਹੀਦਾ ਵਾ ਵੈਸੀ ਗਵਰਨਮੈਂਟ ਨੂੰ ਚਾਹੀਦਾ ਵਾ ਕਿ ਅਗਰ ਮਤਲਬ ਕਿ ਸਪੋਰਟਸ ਨੂੰ ਅੱਗੇ ਲੰਦਾ ਜਾਵੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਬੱਚਿਆਂ ਨੂੰ ਸਕੂਲ ਸਕੂਲੀ ਬੱਚਿਆਂ ਨੂੰ ਵੀ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਕਰਨ ਸਕੂਲ ਦੇ ਵਿੱਚ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਆਗੇ ਆਖਰੀ ਸਵਾਲ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਆਪਣੀ ਜ਼ਿੰਦਗੀ ਨੂੰ ਲੈ ਕੇ ਓਵਰਆਲ ਜ਼ਿੰਦਗੀ ਦੇ ਵਿੱਚ ਤੁਸੀਂ ਸਾਈਕਲ ਵੀ ਚਲਾਇਆ ਹਨਾ ਤੇ ਤੁਸੀਂ ਕਾਫੀ ਚੀਜ਼ਾਂ ਦੇਖੀਆਂ ਵੀ ਤੇ ਹੁਣ ਆ ਚੀਜ਼ ਵੀ ਫੇਸ ਕਰ ਰਹੇ ਹੋ ਵੀ ਤੁਸੀਂ ਸਾਈਕਲ ਨਹੀਂ ਚਲਾ ਰਹੇ ਐਕਚੁਅਲੀ ਮੇਰੇ ਹੁਣ ਮੈਨੂੰ 2002 ਦੇ ਵਿੱਚ ਅ ਚੰਡੀਗੜ੍ਹ ਫਾਇਰ ਸਰਵਿਸ ਦੇ ਵਿੱਚ ਮੇਰੀ ਜੌਬ ਮਿਲ ਗਈ ਸੀ ਮੈਨੂੰ ਉਹਨਾਂ ਨੇ ਸਾਈਕਲਿੰਗ ਦੀ ਕਰਕੇ ਹੀ ਮੈਨੂੰ ਇਸ ਇਸ ਨੌਕਰੀ ਵਾਸਤੇ ਰੱਖਿਆ ਉਹਨਾਂ ਨੇ ਮੈਨੂੰ ਹਾਂਜੀ ਮੇਰੇ ਸਪੋਰਟਸ ਦੇ ਸਰਟੀਫਿਕੇਟ ਬਹੁਤ ਨੇ ਔਰ ਹਾਂਜੀ ਇਸ ਕਰਕੇ ਉਹਨਾਂ ਨੇ ਫਿਰ ਮੈਨੂੰ ਇੰਨਾ ਇੰਨਾ ਇੰਨੀ ਖੁਸ਼ੀ ਬਹੁਤ ਆ ਕਿ ਮੈਂ ਗਵਰਨਮੈਂਟਸ ਜੌਬ ਤੇ ਹੈਗਾ ਸੋ ਅੱਜ ਸਾਡੇ ਨਾਲ ਸੁਖਦੇਵ ਜੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਜਿਹੜੀ ਰਿਵਰਸ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਪਰ ਹੁਣ ਕੁਝ ਹਾਲਾਤ ਬਣ ਗਏ ਨੇ ਕਿ ਉਹ ਸਾਈਕਲ ਨਹੀਂ ਚਲਾ ਰਹੇ ਪਰ ਉਹਨਾਂ ਦਾ ਕਹਿਣਾ ਹੈ ਵੀ ਜਦੋਂ ਉਹਨਾਂ ਦੀ ਜਿਹੜੀ ਲੱਤ ਹੈ ਉਹ ਸਹੀ ਹੋ ਜਾਵੇਗੀ ਤਾਂ ਉਹ ਆਪਣਾ ਨਾਮ ਜਿਹੜਾ ਗਿਨੀਸ ਵਰਡ ਬੁੱਕ ਰਿਕਾਰਡ ਦੇ ਵਿੱਚ ਵੀ ਸ਼ਾਮਿਲ ਜ਼ਰੂਰ ਕਰਨਗੇ ਜੇ ਉਹਨਾਂ ਦੇ ਕੋਲੋਂ ਸਾਈਕਲ ਚੱਲੀ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਚੀਜ਼ਾਂ ਦੇਖੀਆਂ ਪਰ ਅੱਜ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਦਾ ਕਹਿਣਾ ਹੈ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੇ ਉਹਨਾਂ ਨੂੰ ਦੁਬਾਰਾ ਮੌਕਾ ਮਿਲੇਗਾ ਸਾਈਕ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋਦਾ ਅਨਮਿਅਰ ਦੇ ਨਾਲ